ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜਨ ਲਈ ਬਣੇ ਰਹਿਣ ਲਈ ਥੋੜਾ ਧੰਨਵਾਦ ਆਏ ਦਿਨਸ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਪਰਮੋਗਿਸ ਜਲਦ ਨੂੰ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋਈ ਨਵੀਂ ਜੌਬ ਹੋਵੇ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਹੋਇਆ ਉਹਨੂੰ ਲੈ ਕੇ ਇਹ ਨਿਊਜ਼ ਹੈ ਇਹ ਅੱਜ ਦੀ ਨਿਊਜ਼ ਹੈ ਦੇਖੋ ਇਹ ਅੱਜ ਜਿਹੜਾ ਪਬਲਿਕ ਨੋਟਿਸ ਹੈ ਉਹ ਨਿਕਲਿਆ ਹੈ ਮਿਤੀ ਲਿਖੀ ਹੈ ਇੱਥੇ 22 10 2018 ਮਿਤੀ ਲਿਖੀ ਹੈ 22 10 2018 ਮਤਲਬ ਅੱਜ ਦੀ ਇਹ ਅਧिसूchna ਜਿਹੜੀ ਸਰਕਾਰ ਵੱਲੋਂ ਆਈ ਹੈ ਇਹ ਆਪਾਂ ਪੜ੍ਹਦੇ ਹਾਂ ਪੂਰੀ ਅਧिसूchna ਜਿਹੜੀ ਕੀ ਹੈ ਕੀ ਲਿਖਿਆ ਅਧिसूchna ਨੰਬਰ ਇਹ ਅਧिसूchna ਦਾ ਜਿਹੜਾ ਨੰਬਰ ਦਿੱਤਾ ਹੈ ਤੇ ਮਿਤੀ ਹੈ ਜਿਹੜੀ ਅੱਜ ਕੀ ਲਿਖਿਆ ਕਿ 27 12 2017 ਦੀ ਲਗਾਤਾਰਤਾ ਵਿੱਚ 네ਗੋਸ਼ੀਏਬਲ ਇਨਸਟਰੂਮੈਂਟ ਐਕਟ 1881 ਦੀ ਧਾਰਾ 25 ਦੀ ਵਿਆਖਿਆ ਨੂੰ ਭਾਰਤ ਸਰਕਾਰ ਗ੍ਰਹਿ ਮੰਤਰਾਲੇ ਦੀ ਨੋਟੀਫਿਕੇਸ਼ਨ ਨੰਬਰ ਅ ਨੋਟੀਫਿਕੇਸ਼ਨ ਨੰਬਰ ਪਾਇਆ ਹੈ ਮਿਤੀ 81957 ਵਿੱਚ ਪੜਦੇ ਹੋਏ ਪੰਜਾਬ ਸਰਕਾਰ ਸਾਲ 2018 ਦੌਰਾਨ ਪੰਜਾਬ ਵਿੱਚ ਹੇਟ ਦਰਸਾਏ ਦਿਨ ਨੂੰ ਛੁੱਟੀ ਕੋਸ਼ਿਤ ਕਰਦੀ ਹੈ ਮਤਲਬ ਜਿਹੜੇ ਦਿਨ ਛੁੱਟੀ ਕੋਸ਼ਿਤ ਕੀਤੀ ਜਾਂਦੀ ਹੈ ਉਹ ਦਿਨ ਹੈ ਤੁਸੀਂ ਦੇਖੋ ਇਹ ਵਾਲਾ ਜਨਮ ਦਿਵਸ ਮਹਾਰਿਸ਼ੀ ਵਾਲਮੀਕੀ ਜੀ ਛੁੱਟੀ ਦੀ ਮਿਤੀ ਹੈ 24 ਅਕਤੂਬਰ ਤੇ ਜਿਹੜਾ ਦਿਨ ਹੈ ਉਹ ਹੈ ਬੁੱਧਵਾਰ ਕਿ 24 ਅਕਤੂਬਰ ਨੂੰ ਬੁੱਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਜਿਹੜੀ ਛੁੱਟੀ ਦਾ ਐਲਾਨ ਹੋ ਗਿਆ ਉਹ ਛੁੱਟੀ ਨੂੰ ਲੈ ਕੇ ਇਹ ਜਿਹੜੀ ਵੱਡੀ ਨੋਟੀਫਿਕੇਸ਼ਨ ਹੈ ਆ ਥੱਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਨੇ ਹੋਰ ਵੀ ਬਹੁਤ ਕੁਝ ਲਿਖਿਆ ਹੋਇਆ ਹੈ ਦੇਖੋ ਸਾਈਨ ਵੀਰ ਸੁਪਰਡੈਂਟ ਦੇ ਅੱਜ ਦੀ ਜਿਹੜੀ ਵੱਡੀ ਗੱਲ ਅੱਜ ਦੀ ਡੇਟ ਹੈ 22 10 ਏਸੀ ਅੱਜ ਦੀ ਵੱਡੀ ਨਿਊਜ਼ ਜਿਹੜੀ ਪੰਜਾਬ ਸਰਕਾਰ ਵੱਲੋਂ ਛੁੱਟੀ ਐਲਾਨ ਕੀਤੀ ਗਈ ਹੈ ਜਨਮ ਦਿਵਸ ਮਹਾਰਿਸ਼ੀ ਵਾਲਮੀਕੀ ਜੀ ਦੇ ਜਨਮ ਦਿਵਸ ਤੇ ਜਿਹੜੀ 24 ਅਕਤੂਬਰ ਬੁੱਧਵਾਰ ਨੂੰ ਛੁੱਟੀ ਐਲਾਨੀ ਗਈ ਹੈ ਇਹ ਉਹਨੂੰ ਲੈ ਕੇ ਵੱਡੀ ਨਿਊਜ਼ ਹੈ ਤੇ ਬਨੇਰੋ ਸਾਡੇ ਨਾਲ ਲਾਈਕ ਜ਼ਰੂਰ ਕਰੋ ਸ਼ੇਅਰ ਕਰੋ ਤਾਂ ਜੋ ਹਰ ਕਿਸੇ ਸਟੂਡੈਂਟ ਨੂੰ ਪਤਾ ਲੱਗੇ ਟੀਚਰ ਨੂੰ ਪਤਾ ਲੱਗੇ ਤੇ ਬਨੇ ਰਹੋ ਸਾਡੇ ਨਾਲ ਧੰਨਵਾਦ